ਲੋਕ ਅਕਸਰ ਹੀ ਕਹਿੰਦੇ ਨੇ ਕਿ ਨਸ਼ਾ ਗਲੀ ਗਲੀ ਵਿਕ ਰਿਹਾ ਹੈ, ਹੁਣ ਤਾਂ ਇਹ ਸਾਬਿਤ ਵੀ ਹੋ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਸਭ ਕੁਝ ਸਾਫ ਨਜ਼ਰ ਆ ਰਿਹਾ ਹੈ, ਜਿਸ ਵਿੱਚ ਇਹ ਨਸ਼ੇੜੀ ਤੇ ਨਸ਼ਾ ਤਸਕਰ ਚਿੱਟੇ ਦਾ ਵਪਾਰ ਬਾਜ਼ਾਰ ਦੇ ਵਿੱਚ ਹੀ ਕਰ ਰਹੇ ਨੇ। ਬਾਜ਼ਾਰ ਦੇ ਵਿੱਚ ਖੜ ਕੇ ਹੀ ਇਹ ਨਸ਼ਾ ਤਸਕਰ ਨਸ਼ੇੜੀਆਂ ਨੂੰ ਨਸ਼ਾ ਦੇ ਰਿਹਾ ਹੈ ਤੇ ਪੈਸੇ ਲੈ ਰਿਹਾ ਹੈ। ਵੀਡੀਓ ਦੇ ਵਿੱਚ ਇੱਕ ਸਰਦਾਰ ਹੈ ਜਿਸ ਦੇ ਹੱਥ ਵਿੱਚ ਪੈਸੇ ਨੇ, ਨੋਟ ਗਿਣ ਰਿਹਾ ਹੈ ਤੇ ਨਾਲ ਖੜੇ ਇੱਕ ਨੀਲੀ ਟੀ-ਸ਼ਰਟ ਵਾਲੇ ਮੁੰਡੇ ਨੂੰ ਇਹ ਪੈਸੇ ਦੇ ਦਿੰਦੇ ਨੇ ਤੇ ਉਹ ਜੇਬ ਦੇ ਵਿੱਚੋਂ ਇੱਕ ਪੁੜੀ ਕੱਢ ਕੇ ਇਸ ਸ਼ਖਸ ਨੂੰ ਦੇ ਦਿੰਦਾ ਹੈ, ਜਿਸ ਤੋਂ ਬਾਅਦ ਉੱਥੋਂ ਚਲਾ ਜਾਂਦਾ ਹੈ। ਵੀਡੀਓ 'ਚ ਦੇਖੋ ਕਿ ਇੱਕ ਇੱਕ ਕਰਕੇ ਇਸ ਕੋਲ ਕਈ ਲੋਕ ਆਉਂਦੇ ਨੇ, ਪੈਸੇ ਦਿੰਦੇ ਨੇ ਤੇ ਨਸ਼ਾ ਲੈ ਕੇ ਜਾ ਰਹੇ ਨੇ। ਇਹ ਸਭ ਕੁਝ ਦਿਨ ਦਿਹਾੜੇ ਭਰੇ ਬਾਜ਼ਾਰ 'ਚ ਹੋ ਰਿਹਾ ਹੈ ਤੇ ਕਿਸੇ ਦਾ ਇਸ ਵੱਲ ਧਿਆਨ ਨਹੀਂ ਹੈ। ਹਾਲਾਂਕਿ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਬਠਿੰਡਾ ਦੇ ਬੀੜ ਤਲਾਬ ਇਲਾਕੇ ਦੱਸੀ ਜਾ ਰਹੀ ਹੈ, ਜਿੱਥੇ ਲੋਕਾਂ ਨੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਕਿ ਇੱਥੇ ਸ਼ਰਿਆਮ ਚਿੱਟਾ ਵਿਕਦਾ ਹੈ। ਪੁਲਿਸ ਦੇ ਵੱਲੋਂ ਤਲਾਸ਼ੀ ਅਭਿਆਨ ਵੀ ਚਲਾਇਆ ਜਾਂਦਾ ਹੈ, ਪਰ ਇਹ ਤਸਕਰ ਕਿਸੇ ਦੇ ਹੱਥ ਨਹੀਂ ਆਉਂਦੇ। ਤਾਂ ਹੁਣ ਇਸ ਵੀਡੀਓ ਦੇ ਵਿੱਚ ਇਹ ਸਾਫ ਹੋ ਗਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਨਸ਼ਾ ਤਸਕਰ ਬਿਨਾਂ ਕਿਸੇ ਡਰ ਤੋਂ ਦਿਨ ਦਿਹਾੜੇ ਨਸ਼ਾ ਵੇਚ ਰਹੇ ਨੇ ਤੇ ਖਰੀਦਣ ਵਾਲੇ ਖਰੀਦ ਵੀ ਰਹੇ ਨੇ ਤੇ ਕੋਈ ਵੀ ਇਹਨਾਂ ਵੱਲ ਗੌਰ ਨਹੀਂ ਕਰ ਰਿਹਾ ਤੇ ਨਾ ਹੀ ਕਿਸੇ ਨੂੰ ਪਤਾ ਲੱਗ ਰਿਹਾ। ਵੀਡੀਓ ਦੇ ਵਿੱਚ ਨੀਲੀ ਟੀ-ਸ਼ਰਟ 'ਚ ਖੜਾ ਇਹ ਨਸ਼ਾ ਤਸਕਰ ਹੈ ਜੋ ਆਉਣ ਵਾਲੇ ਗਾਹਕਾਂ ਨੂੰ ਨਸ਼ਾ ਵੇਚ ਰਿਹਾ ਹੈ। ਸਕੂਟੀ ਤੇ ਆਏ ਇੱਕ ਸਰਦਾਰ ਦੇ ਵੱਲੋਂ ਪਹਿਲਾਂ ਨੋਟ ਦੇ ਕੇ ਤੇ ਫਿਰ ਨਸ਼ਾ ਲਿਆ ਜਾਂਦਾ ਹੈ। ਉਸ ਤੋਂ ਬਾਅਦ ਇੱਕ ਇੱਕ ਕਰਕੇ ਹੋਰ ਵੀ ਇੱਥੇ ਵਿਅਕਤੀ ਆਉਂਦੇ ਨੇ, ਇਸ ਨੀਲੀ ਟੀ-ਸ਼ਰਟ ਵਾਲੇ ਨੂੰ ਪੈਸੇ ਦਿੰਦੇ ਨੇ ਤੇ ਉਸ ਤੋਂ ਨਸ਼ੇ ਦੀ ਪੁੜੀ ਲੈ ਕੇ ਉੱਥੋਂ ਚਲੇ ਜਾਂਦੇ ਨੇ। ਇਹ ਵੀਡੀਓ ਕੁਝ ਹੀ ਦੇਰ ਦੀ ਹੈ, ਪਰ ਇਹ ਵਪਾਰ ਜਾਂ ਇਹ ਧੰਦਾ ਕਿੰਨੀ ਦੇਰ ਤੱਕ ਇੱਥੇ ਚੱਲਦਾ ਹੈ ਤੇ ਹੋਰ ਕਿਹੜੇ ਕਿਹੜੇ ਇਲਾਕਿਆਂ 'ਚ ਚੱਲ ਰਿਹਾ ਹੈ, ਇਹ ਵੱਡਾ ਸਵਾਲ ਹੈ। ਸੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਹ ਸਾਬਿਤ ਹੋ ਗਿਆ ਹੈ ਕਿ ਵਾਕਈ ਹੀ ਨਸ਼ਾ ਜਿਹੜਾ ਹੈ ਗਲੀ ਗਲੀ ਵਿਕ ਰਿਹਾ ਹੈ। ਲੋਕ ਅਕਸਰ ਹੀ ਕਹਿੰਦੇ ਨੇ ਕਿ ਨਸ਼ਾ ਗਲੀ ਗਲੀ ਵਿਕ ਰਿਹਾ ਹੈ, ਹੁਣ ਤਾਂ ਇਹ ਸਾਬਿਤ ਵੀ ਹੋ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਸਭ ਕੁਝ ਸਾਫ ਨਜ਼ਰ ਆ ਰਿਹਾ ਹੈ, ਜਿਸ ਵਿੱਚ ਇਹ ਨਸ਼ੇੜੀ ਤੇ ਨਸ਼ਾ ਤਸਕਰ ਚਿੱਟੇ ਦਾ ਵਪਾਰ ਬਾਜ਼ਾਰ ਦੇ ਵਿੱਚ ਹੀ ਕਰ ਰਹੇ ਨੇ। ਬਾਜ਼ਾਰ ਦੇ ਵਿੱਚ ਖੜ ਕੇ ਹੀ ਇਹ ਨਸ਼ਾ ਤਸਕਰ ਨਸ਼ੇੜੀਆਂ ਨੂੰ ਨਸ਼ਾ ਦੇ ਰਿਹਾ ਹੈ ਤੇ ਪੈਸੇ ਲੈ ਰਿਹਾ ਹੈ। ਵੀਡੀਓ ਦੇ ਵਿੱਚ ਇੱਕ ਸਰਦਾਰ ਹੈ ਜਿਸ ਦੇ ਹੱਥ ਵਿੱਚ ਪੈਸੇ ਨੇ, ਨੋਟ ਗਿਣ ਰਿਹਾ ਹੈ ਤੇ ਨਾਲ ਖੜੇ ਇੱਕ ਨੀਲੀ ਟੀ-ਸ਼ਰਟ ਵਾਲੇ ਮੁੰਡੇ ਨੂੰ ਇਹ ਪੈਸੇ ਦੇ ਦਿੰਦੇ ਨੇ ਤੇ ਉਹ ਜੇਬ ਦੇ ਵਿੱਚੋਂ ਇੱਕ ਪੁੜੀ ਕੱਢ ਕੇ ਇਸ ਸ਼ਖਸ ਨੂੰ ਦੇ ਦਿੰਦਾ ਹੈ, ਜਿਸ ਤੋਂ ਬਾਅਦ ਉੱਥੋਂ ਚਲਾ ਜਾਂਦਾ ਹੈ। ਵੀਡੀਓ 'ਚ ਦੇਖੋ ਕਿ ਇੱਕ ਇੱਕ ਕਰਕੇ ਇਸ ਕੋਲ ਕਈ ਲੋਕ ਆਉਂਦੇ ਨੇ, ਪੈਸੇ ਦਿੰਦੇ ਨੇ ਤੇ ਨਸ਼ਾ ਲੈ ਕੇ ਜਾ ਰਹੇ ਨੇ। ਇਹ ਸਭ ਕੁਝ ਦਿਨ ਦਿਹਾੜੇ ਭਰੇ ਬਾਜ਼ਾਰ 'ਚ ਹੋ ਰਿਹਾ ਹੈ ਤੇ ਕਿਸੇ ਦਾ ਇਸ ਵੱਲ ਧਿਆਨ ਨਹੀਂ ਹੈ। ਹਾਲਾਂਕਿ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਬਠਿੰਡਾ ਦੇ ਬੀੜ ਤਲਾਬ ਇਲਾਕੇ ਦੱਸੀ ਜਾ ਰਹੀ ਹੈ, ਜਿੱਥੇ ਲੋਕਾਂ ਨੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਕਿ ਇੱਥੇ ਸ਼ਰਿਆਮ ਚਿੱਟਾ ਵਿਕਦਾ ਹੈ। ਪੁਲਿਸ ਦੇ ਵੱਲੋਂ ਤਲਾਸ਼ੀ ਅਭਿਆਨ ਵੀ ਚਲਾਇਆ ਜਾਂਦਾ ਹੈ, ਪਰ ਇਹ ਤਸਕਰ ਕਿਸੇ ਦੇ ਹੱਥ ਨਹੀਂ ਆਉਂਦੇ। ਤਾਂ ਹੁਣ ਇਸ ਵੀਡੀਓ ਦੇ ਵਿੱਚ ਇਹ ਸਾਫ ਹੋ ਗਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਨਸ਼ਾ ਤਸਕਰ ਬਿਨਾਂ ਕਿਸੇ ਡਰ ਤੋਂ ਦਿਨ ਦਿਹਾੜੇ ਨਸ਼ਾ ਵੇਚ ਰਹੇ ਨੇ ਤੇ ਖਰੀਦਣ ਵਾਲੇ ਖਰੀਦ ਵੀ ਰਹੇ ਨੇ ਤੇ ਕੋਈ ਵੀ ਇਹਨਾਂ ਵੱਲ ਗੌਰ ਨਹੀਂ ਕਰ ਰਿਹਾ ਤੇ ਨਾ ਹੀ ਕਿਸੇ ਨੂੰ ਪਤਾ ਲੱਗ ਰਿਹਾ। ਵੀਡੀਓ ਦੇ ਵਿੱਚ ਨੀਲੀ ਟੀ-ਸ਼ਰਟ 'ਚ ਖੜਾ ਇਹ ਨਸ਼ਾ ਤਸਕਰ ਹੈ ਜੋ ਆਉਣ ਵਾਲੇ ਗਾਹਕਾਂ ਨੂੰ ਨਸ਼ਾ ਵੇਚ ਰਿਹਾ ਹੈ। ਸਕੂਟੀ ਤੇ ਆਏ ਇੱਕ ਸਰਦਾਰ ਦੇ ਵੱਲੋਂ ਪਹਿਲਾਂ ਨੋਟ ਦੇ ਕੇ ਤੇ ਫਿਰ ਨਸ਼ਾ ਲਿਆ ਜਾਂਦਾ ਹੈ। ਉਸ ਤੋਂ ਬਾਅਦ ਇੱਕ ਇੱਕ ਕਰਕੇ ਹੋਰ ਵੀ ਇੱਥੇ ਵਿਅਕਤੀ ਆਉਂਦੇ ਨੇ, ਇਸ ਨੀਲੀ ਟੀ-ਸ਼ਰਟ ਵਾਲੇ ਨੂੰ ਪੈਸੇ ਦਿੰਦੇ ਨੇ ਤੇ ਉਸ ਤੋਂ ਨਸ਼ੇ ਦੀ ਪੁੜੀ ਲੈ ਕੇ ਉੱਥੋਂ ਚਲੇ ਜਾਂਦੇ ਨੇ। ਇਹ ਵੀਡੀਓ ਕੁਝ ਹੀ ਦੇਰ ਦੀ ਹੈ, ਪਰ ਇਹ ਵਪਾਰ ਜਾਂ ਇਹ ਧੰਦਾ ਕਿੰਨੀ ਦੇਰ ਤੱਕ ਇੱਥੇ ਚੱਲਦਾ ਹੈ ਤੇ ਹੋਰ ਕਿਹੜੇ ਕਿਹੜੇ ਇਲਾਕਿਆਂ 'ਚ ਚੱਲ ਰਿਹਾ ਹੈ, ਇਹ ਵੱਡਾ ਸਵਾਲ ਹੈ। ਸੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਹ ਸਾਬਿਤ ਹੋ ਗਿਆ ਹੈ ਕਿ ਵਾਕਈ ਹੀ
ਨਸ਼ਾ ਜਿਹੜਾ ਹੈ ਗਲੀ ਗਲੀ ਵਿਖ ਰਿਹਾ ਹੈ।